भगवंत मान अते केजरीवाल की सिक्ख्या नीति की पोल खोलते हुए सुखपाल सिंह खहरा दे वल्लों तत्थां दे उपर तत्थां दे आधार दे उपर सरकार नूं जम के घेरिया गया, सरकार दे उपर जम के वरदे नज़र आए ने। सुखपाल सिंह खहरा क्यों ते किवें वरे ने, किहड़े तत्थां दे आधार ते वरे ने, गलबात उस दे उपर करांगे। ते उधर गलबात करांगे केजरीवाल जी, अरविंद केजरीवाल कौमी कन्वीनर आम आदमी पार्टी, कल अमृतसर दे विच उन्हां दे वल्लों वड्डे सिक्ख्या नीति दे तहत वड्डे ऐलान किए गए ने। ऐलान की किए गए ने उहदे बारे गल करांगे, लेकिन वो ऐलाना दे उपर हुण सवालिया निशान लग गए ने। क्यों ये ऐलान सवालों के घेरे दे विच ने, गलबात इस दे उपर करांगे। ते गलबात करांगे विरोधी धिरां दी, गठजोड़ दी, ते उन्हां दी होई मीटिंग दी, क्योंकि विरोधी दलों की इस मीटिंग तो बाद बाइकआउट कर दिता गया। किसका बाइकआउट किया गया, तो बाइकआउट किया क्यों गया, गलबात इस उपर भी करांगे। सत श्री अकाल, मैं लखविंदर सिंह मान, तो तुसी देख रहे हो लुकवा सच। इन सारिया खबरों के उपर विस्तार देना चर्चा करने के लिए मेरे नाल ने डॉक्टर हरविंदर सिंह भट्टी जी। सब तो पहला स्वागत कर लें डॉक्टर साहब, स्वागत है जी प्रोग्राम। शुक्रिया लखविंदर जी, सत श्री अकाल, श्रोतियों को भी प्यार भरी सत श्री अकाल। डॉक्टर साहब, कल पहला स्कूल ऑफ एमिनेंस ड्रीम प्रोजेक्ट सीएम भगवंत मान लोगों अर्पित कर दिता गया, केजरीवाल उद्घाटन करते नज़र आए। सिक्ख्या नीति दियां वड्डियां वड्डियां गल्लां कल कीतियां गईयां, लेकिन सिक्ख्या नीति दे मामले दे उपर, क्योंकि कल बहुत कुछ सिक्ख्या नीति बारे बोलिया गया रैली दे विच, सिक्ख्या नीति नूं लैके सुखपाल सिंह खहरा दे वल्लों केजरीवाल अते भगवंत मान दी सिक्ख्या नीति दियां धज्जियां उड़ा के रख दित्तियां गईयां ने। तत्थां दे आधार दे उपर उह सरकार दे उपर वरदे नज़र आए ने। आखिर किहड़े तत्थां दी गल उह करदे नज़र आए ने, किहड़ी पोल खोली गया, किस तरीके दे नाल पोल खोली गई है, आखिर सिक्ख्या नीति दे विच खामियां किहड़ियां ने जिहड़े सुखपाल सिंह खहरा नूं नज़र आईयां ने। लखविंदर जी, दो तीन चीज़ां उहदे विच इंपोर्टेंट ने। खहरा साहब ने इस दे विच इक टाइम्स ऑफ इंडिया दी रिपोर्ट करी है, जिहड़ी 17 जुलाई दी है रिपोर्ट। ਉਹਦੇ ਵਿੱਚ ਜਿਹੜੇ ਤੱਥ ਨੇ ਆਪਣੇ ਆਪ ਦੇ ਵਿੱਚ ਬੜੇ ਰਿਵੀਲਿੰਗ ਨੇ, ਉਹ ਕਿ ਪੰਜਾਬ ਨੈਸ਼ਨਲ ਲੈਵਲ ਦੇ ਉੱਪਰ ਜਿਹੜਾ ਪਰਫੋਰਮੈਂਸ ਗ੍ਰੇਡਿੰਗ ਇੰਡੈਕਸ ਜਿਹਨੂੰ ਕਹਿੰਦੇ ਨੇ, ਉਹਦੇ ਵਿੱਚ ਲਗਾਤਾਰ ਫਸਟ ਆ ਰਿਹਾ। ਚਲੋ ਉਹਦੇ 'ਚ ਇੱਕ ਸਾਲ ਤਾਂ ਇਸ ਗੌਰਮੈਂਟ ਦਾ ਵੀ ਪੈਂਦਾ ਹੀ ਹੈ ਖੈਰ, ਪਰ ਇਹ ਹੈ ਕਿ 22 ਦੇ ਮਤਲਬ 22ਵੇਂ ਨੰਬਰ 'ਤੇ ਸੀਗਾ 2017 ਦੇ ਵਿੱਚ। ਉਹ ਤੋਂ ਬਾਅਦ ਜਿਹੜੀ ਪਿਛਲੀ ਗੌਰਮੈਂਟ ਸੀ ਉਹਨੇ ਬੜੀ ਮਿਹਨਤ ਕਰੀ, ਔਰ ਉਹਦੇ ਵਿੱਚ 73 ਉਹਨਾਂ ਦੇ ਇਤਰ ਇੰਡੀਕੇਟਰਸ ਨੇ ਜਿਨ੍ਹਾਂ ਦੇ ਆਧਾਰ 'ਤੇ ਉਹਨੇ ਸਾਰੇ ਇੰਡੀਆ ਦੇ ਸਕੂਲਾਂ ਨੂੰ ਅਵੈਲੂਏਟ ਕਰਿਆ। 6 ਡਿਫਰੈਂਟ ਡੋਮੇਨਸ ਸੀਗੀਆਂ, ਮਤਲਬ ਵੱਡਾ ਇਹ ਡਾਟਾ ਸੀਗਾ। ਔਰ ਉਹਦੇ 'ਚ ਆਪਾਂ ਨੂੰ ਇਹ ਵੀ ਗੱਲ ਯਾਦ ਰੱਖਣੀ ਚਾਹੀਦੀ ਹੈ, ਇਹ BJP ਦੀ ਗੌਰਮੈਂਟ ਨੇ ਕਰਵਾਇਆ, ਸੈਂਟਰਲ ਗੌਰਮੈਂਟ BJP ਦੀ ਹੈ, ਅਤੇ ਪੰਜਾਬ 'ਚ ਕਾਂਗਰਸ ਦੀ ਗੌਰਮੈਂਟ ਸੀ। ਮਤਲਬ ਇਟ ਮੀਨਸ ਕਿ ਥੋੜ੍ਹਾ ਬਹੁਤ ਇਹਦੇ ਵਿੱਚ ਇਮਾਨਦਾਰੀ ਵਰਤੀ ਗਈ ਲੱਗਦੀ ਹੈ, ਨਹੀਂ ਤਾਂ ਉਹ ਆਪਣਾ ਹੀ ਕਿਸੇ ਮਤਲਬ ਉਹਦੀ ਕਰਨਾਟਕਾ 'ਚ ਸੀ, UP ਵਾਲੇ ਨੂੰ ਕੱਢ ਦੇ, ਕਿਸੇ ਹੋਰ ਨੂੰ ਕੱਢ ਦੇ। ਸੋ ਇਹ ਪੰਜਾਬ ਦਾ ਡਾਟਾ ਜਿਹੜਾ ਉਹਨਾਂ ਨੇ ਦਿੱਤਾ ਹੈ ਬਹੁਤ ਹੀ ਇੰਟਰਸਟਿੰਗ ਹੈ, ਕਿ ਉਹਦੇ ਵਿੱਚ 659 ਜਿਹੜੇ ਮਤਲਬ ਪੁਆਇੰਟ ਲੈ ਕੇ ਚੰਡੀਗੜ੍ਹ ਨੰਬਰ 'ਤੇ ਆਇਆ, ਅਤੇ ਚੰਡੀਗੜ੍ਹ ਕਿਉਂਕਿ ਪੰਜਾਬ ਦਾ ਹਿੱਸਾ ਹੈ, ਪੰਜਾਬ ਉਹਦੇ 'ਚ 647 ਪੁਆਇੰਟ ਲੈ ਕੇ ਦੋਵੇਂ ਸੀ। ਜਿਹੜੇ ਲਰਨਿੰਗ ਮਤਲਬ ਆਊਟਕਮਸ ਨੇ ਉਹਦੇ ਵਿੱਚ ਪੰਜਾਬ ਨੰਬਰ 1 'ਤੇ ਹੀ ਹੈ, 113 ਪੁਆਇੰਟ ਪੰਜਾਬ ਦੇ ਉੱਪਰ ਹੈ। ਅਤੇ ਉਹਦੇ ਵਿੱਚ ਦਿੱਲੀ ਹੈ ਜਿਹੜੀ ਸਭ ਤੋਂ ਦਿਲਚਸਪ ਗੱਲ ਹੈ, ਉਹ 63.8 'ਤੇ ਹੈ, ਲਗਭਗ ਅੱਧ ਦੇ ਵਿੱਚ ਪੰਜਾਬ ਦਾ। ਮਤਲਬ ਦਿੱਲੀ ਦਾ ਜਿਹੜਾ ਅਸੀਂ ਟੰਕਾ ਸੁਣ ਰਹੇ ਸੀ ਕਿ ਉੱਥੇ ਐਜੂਕੇਸ਼ਨ ਇੰਨੀ ਖਰਾਬ ਸੀ, ਵੱਟ ਕੱਢਦੇ ਉੱਥੇ ਤਾਂ ਵਿੱਦਿਆ ਤੁਰੀ ਫਿਰਦੀ ਹੈ ਸੜਕਾਂ ਦੇ ਉੱਪਰ, ਮਤਲਬ ਪ੍ਰਾਈਵੇਟਾਂ 'ਚੋਂ ਪਤਾ ਨਹੀਂ ਕਿੰਨੇ ਲੱਖ ਬੱਚੇ ਨੇ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਉੱਪਰ ਕੇ ਗੌਰਮੈਂਟ ਸਕੂਲਾਂ ਦੇ ਵਿੱਚ ਆ ਗਏ। ਉਹਦਾ ਰਿਜ਼ਲਟ ਇਹ ਹੈ ਕਿ ਪੰਜਾਬ ਦੇ ਨਾਲੋਂ 1 ਨੰਬਰਾਂ ਦੇ ਵਿੱਚ ਉਹ ਲਰਨਿੰਗ ਇੰਪੋਰਟੈਂਸ ਦੇ ਵਿੱਚ, ਅਤੇ ਰਾਜਸਥਾਨ ਤੋਂ ਨੰਬਰ 1 ਪੰਜਾਬ ਹੈ, ਜਿਹੜਾ ਓਵਰਆਲ ਜਿਹੜੀ ਹੈ ਨੰਬਰ 1 ਪੰਜਾਬ ਹੈ, ਨੰਬਰ 2 ਦੇ ਉੱਪਰ ਚੰਡੀਗੜ੍ਹ ਹੈ, ਨੰਬਰ 3 ਦੇ ਉੱਪਰ ਰਾਜਸਥਾਨ, 4 ਨੰਬਰ 'ਤੇ ਦਿੱਲੀ ਹੈ। ਸੋ ਇਹ ਦੇਖਣ ਵਾਲੀ ਗੱਲ ਹੈ ਕਿ ਦਿੱਲੀ ਮਾਡਲ ਪੰਜਾਬ ਨੂੰ ਚਾਹੀਦਾ ਜਾਂ ਪੰਜਾਬ ਮਾਡਲ ਦਿੱਲੀ ਨੂੰ ਚਾਹੀਦਾ। ਸੋ ਕੱਲ੍ਹ ਜਿਹੜਾ ਦਿੱਲੀ ਮਾਡਲ ਪੰਜਾਬ ਦੇ ਵਿੱਚ ਲਾਗੂ ਉਹਨਾਂ ਨੇ ਕੀਤਾ, ਉਹ ਬਹੁਤ ਹੀ ਦਿਲਚਸਪ ਹੈ। ਮਾਨ ਸਾਹਿਬ ਉੱਥੇ ਬੋਲ ਰਹੇ ਸੀ, ਅਤੇ ਬੋਲਦੇ ਬੋਲਦੇ ਉਹ ਬਦਸ਼ਗਨੀ ਜਿਹੀ ਹੋ ਗਈ, ਉਹ ਜਿਵੇਂ ਕਹਿੰਦੇ ਫੂਕ ਨਿਕਲ ਗਈ, ਜਦੋਂ ACP ਫੂਕ ਨਿਕਲੀ ਜਿਹੜੇ ਨਿਕਲੇ ਉੱਥੇ ਰੌਲਾ ਪੈ ਗਿਆ ਕਾਫੀ। ਉਦੋਂ ਉਹ ਕਹਿ ਰਹੇ ਸੀ ਵੀ ਇੱਥੇ ਚਿੱਟਾ ਵਿਕਦਾ ਹੁੰਦਾ ਸੀ, ਹਾਲਾਂਕਿ ਜਿਹੜਾ ਉਹ ਸਕੂਲ ਹੈ ਉਸ ਸਕੂਲ ਦੇ ਵਿੱਚ ਪਹਿਲਾਂ ਰਾਜਕੁਮਾਰ ਦੇਵਕਾ ਨੇ ਵੀ ਵੀਡੀਓ ਪਾਈ,
ਇਹਨਾਂ ਦੇ ਦੋ ਐਮਐਲਏ ਦਾ ਖਹਿਰਾ ਸਾਹਿਬ ਨੇ ਜ਼ਿਕਰ ਕੀਤਾ ਕਿ ਇੱਕ ਨੇ ਕਿਹਾ ਕਿ ਜੀ ਬਹੁਤ ਨਵੀਂ ਪਹਿਲ ਹੋ ਰਹੀ ਹੈ, ਦੂਜੇ ਐਮਐਲਏ ਨੇ ਕਿਹਾ ਕਿ ਨਵੀਂ ਜਿਹੜੀ ਹੋ ਰਹੀ ਹੈ ਉਹ ਤਾਂ ਪਹਿਲਾਂ ਹੀ ਬਹੁਤ ਸੋਹਣਾ ਚੱਲ ਰਿਹਾ, ਬਹੁਤ ਸੋਹਣੇ ਰਿਜ਼ਲਟ ਆ ਰਹੇ ਨੇ, ਇਨਫਰਾਸਟ੍ਰਕਚਰ ਸਭ ਤੋਂ ਵਧੀਆ ਹੈ। ਅਤੇ ਵੇਰਕਾ ਸਾਹਿਬ ਨੇ ਇਨਫਰਾਸਟ੍ਰਕਚਰ ਦੀ ਡਿਟੇਲ ਦਿੱਤੀ ਗੱਲ ਕਿ ਕਿੰਨੀਆਂ ਲੈਬਸ, ਕਿੰਨੇ ਕਮਰੇ, ਕਿੰਨੇ ਉਹ ਆਏ ਗਏ। ਅਤੇ ਇੱਕ ਇਹ ਵੀ ਮਤਲਬ ਐਮਐਲਏ ਨੇ ਟਵੀਟ ਕਰਕੇ ਕਿਹਾ ਕਿ ਸਤਪਾਲ ਡਾਂਗ ਨੇ ਇਹਦਾ ਕਾਇਆ ਕਲਪ ਕਰਿਆ ਸੀ, ਸ਼ੇਰਵੇ ਦਾ ਸਕੂਲ ਹੈ, ਉਹਦੀ ਜਿਹੜੀ ਭਤੀਜੀ ਹੈ ਮਧੂ ਡਾਂਗ ਨੇ ਹੁਣੇ ਹੀ ਲੇਟੈਸਟ ਮਤਲਬ ਇਹਦਾ ਇਨਫਰਾਸਟ੍ਰਕਚਰ ਫਿਰ ਡਿਵੈਲਪ ਕਰਿਆ। ਮਾਨ ਸਾਹਿਬ ਸਟੇਜ ਤੋਂ ਕਹਿ ਰਹੇ ਸੀ ਕਿ ਰੱਦ ਕਰਨ ਨਾਲ ਨਹੀਂ ਕਹਿੰਦਾ ਸਮਾਰਟ ਸਕੂਲ ਬਣ ਜਾਂਦਾ ਹੈ, ਮਿਨੀ ਸਕੂਲ ਬਣ ਜਾਂਦੇ, ਇਹ ਤਾਂ ਇਨਫਰਾਸਟ੍ਰਕਚਰ ਬਣਾਉਣਾ ਪੈਂਦਾ ਹੈ, ਲਿਆਉਣਾ ਪੈਂਦਾ ਹੈ, ਇਹ ਫਿਰ ਕਿੱਥੋਂ ਲੈ ਕੇ ਆਏ? ਇਨਫਰਾਸਟ੍ਰਕਚਰ ਤਾਂ ਪੁਰਾਣੀਆਂ ਸਰਕਾਰਾਂ ਦਾ ਬਣਾਇਆ ਹੋਇਆ, ਪਰ ਉਹ ਸਕੂਲ ਹੈ ਜਿਹੜਾ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਹੀ ਵੈੱਲ ਨੋਨ ਸਕੂਲ ਹੈ, ਰਿਜ਼ਲਟ ਉਹਦਾ ਬਹੁਤ ਸੋਹਣਾ ਆਉਂਦਾ, ਇਹਨਾਂ ਦੇ ਐਮਐਲਏ ਕਹਿ ਰਹੇ ਨੇ ਇਹ ਗੱਲ। ਪਰ ਨੈਸ਼ਨਲ ਲੈਵਲ ਦੇ ਉੱਪਰ ਜਿਹੜਾ ਡਾਟਾ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਰਿਵੀਲ ਕਰ ਰਹੀ ਹੈ, ਉਹਦੇ 'ਚ ਬਿਲਕੁਲ ਹੀ ਮਤਲਬ ਉਲਟ ਹੈ ਕੰਮ ਕਿ ਦਿੱਲੀ ਹੈ ਜਿਹੜੀ ਚੌਥੇ ਨੰਬਰ 'ਤੇ ਹੈ ਲਰਨਿੰਗ ਆਊਟਕਮ ਦੇ ਵਿੱਚ, ਉਹ ਸਾਡੇ ਤੋਂ ਅੱਧੇ ਨੰਬਰ ਲੈ ਰਹੀ ਹੈ, 3.8। ਮਤਲਬ ਹੱਦ ਹੋ ਗਈ ਹੈ ਗੱਪਾਂ ਮਾਰਨ ਵਾਲੀ ਦੀ, ਜਾਂ ਕੋਈ ਨੇੜ ਤੇੜ ਹੁੰਦਾ ਬੰਦਾ ਸਿਖਰ ਦੁਪਹਿਰੇ ਕਹੀ ਜਾਵੇ ਵੀ ਰਾਤ ਹੈ, ਜਾਂ ਅੱਧੀ ਰਾਤ ਨੂੰ ਕਹੀ ਜਾਵੇ ਵੀ ਹੁਣ ਦੁਪਹਿਰਾ ਚੜਿਆ ਹੋਇਆ, ਮਤਲਬ ਉਦਾਂ ਦੀਆਂ ਗੱਲਾਂ ਕਰ ਰਹੇ ਨੇ। ਪਰ ਉਹ ਖਹਿਰਾ ਸਾਹਿਬ ਨੇ ਬੜਾ ਮਜ਼ਾਕ ਉਡਾਇਆ ਇਸ ਗੱਲ ਦਾ, ਸਾਰੀ ਦੁਨੀਆ ਹੀ ਉਡਾ ਰਹੀ ਹੈ ਖੈਰ। ਮਤਲਬ ਜੇ ਕੋਈ ਕੋਈ ਥੋੜ੍ਹਾ ਬਹੁਤ ਨੇੜਤਾ ਤਾਂ, ਮਤਲਬ ਜੇ ਬੀਜੇਪੀ ਦੀ ਗੌਰਮੈਂਟ ਮਤਲਬ ਵੈਲੂਏਸ਼ਨ ਕਰਾ ਰਹੀ ਹੈ, ਕਾਂਗਰਸ ਦੀ ਰਾਜ ਹੈ ਪੰਜਾਬ ਦੇ ਵਿੱਚ, 3 ਸਾਲ ਤੋਂ ਫਸਟ ਆ ਰਿਹਾ ਉਹ, ਤੁਸੀਂ ਉਹਦਾ ਜ਼ਿਕਰ ਵੀ ਨਹੀਂ ਕਰ ਰਹੇ। ਤੁਸੀਂ ਕਹਿ ਰਹੇ ਕਿ 70 ਸਾਲ ਸੇ ਕੁਛ ਨਹੀਂ ਕੀਆ, ਪੁਰਾਣੀ ਗੌਰਮੈਂਟ ਉਹਨੇ ਸਕੂਲ ਨਹੀਂ ਬਣਾਏ, ਮਤਲਬ ਉੱਥੇ ਹੀ ਕੇਜਰੀਵਾਲ ਸਾਹਿਬ ਨੂੰ ਖੋਲ ਰਹੇ ਸੀ ਕਿ ਉਹਨਾਂ ਨੇ ਖਰਚਾ ਨਹੀਂ ਕੀਤਾ, ਬੈਂਚਾਂ 'ਤੇ ਨਹੀਂ ਖਰਚਾ ਕਰਿਆ, ਅਸੀਂ ਬੈਂਚਾਂ 'ਤੇ 26 ਕਰੋੜ ਲਾ ਰਹੇ ਹਾਂ, ਫਲਾਣੇ 'ਤੇ ਇੰਨਾ ਲਾ ਰਹੇ ਹਾਂ, ਲਾਇਆ ਕਿਤੇ ਨਹੀਂ, ਸਿਰਫ ਉਸ ਸਕੂਲ ਨੂੰ ਕਲੀ ਕਰਕੇ ਉੱਥੇ ਰੈਲੀ ਕੀਤੀ ਹੈ। ਜੇ ਕਿਸੇ ਸਕੂਲ ਦੇ ਨਾਂ ਦੇ ਉੱਪਰ ਪਾਰਟੀ ਦੀ ਸਿਆਸੀ ਰੈਲੀ ਕਰਨਾ ਨਵੀਂ ਵਿੱਦਿਆ ਨੀਤੀ ਹੈ, ਫਿਰ ਤਾਂ ਧੰਨ ਭਾਗ ਪੰਜਾਬ। ਇਹੋ ਜਿਹੀਆਂ ਨੀਤੀਆਂ ਤਾਂ ਪਹਿਲੀਆਂ ਸਰਕਾਰਾਂ ਬਹੁਤ ਕਰਦੀਆਂ ਰਹੀਆਂ ਨੇ। ਬਾਦਲ ਸਾਹਿਬ ਨੇ ਮਾਈ ਭਾਗੋ ਦੇ ਕਦੇ ਸਾਈਕਲ ਦੇ ਉੱਤੇ ਉਹਨੇ ਫੋਟੋ ਲਵਾ ਲਈ, ਕਦੇ ਕੈਪਟਨ ਸਾਹਿਬ ਨੇ ਕੁਛ ਕਰ ਲਿਆ, ਪਰ ਉਹਨਾਂ ਦੇ ਗੌਰਮੈਂਟ ਦੇ ਦੌਰਾਨ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਨੈਸ਼ਨਲ ਲੈਵਲ ਦੇ ਉੱਪਰ 22ਵੇਂ ਨੰਬਰ ਤੋਂ ਪੰਜਾਬ ਹੈ ਜਿਹੜਾ ਨੰਬਰ 1 'ਤੇ ਆਇਆ। ਮਤਲਬ ਉਹਦਾ ਕੋਈ ਜ਼ਿਕਰ ਹੀ ਨਹੀਂ ਕਰਦੇ ਉਸ ਗੱਲ ਦਾ, ਇਹ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਕਹਿ ਰਹੀ ਹੈ ਗੱਲ। ਸੋ ਇਹ ਆਪਣੇ ਆਪ ਦੇ ਵਿੱਚ ਨਾ ਇਹ ਵਿੱਦਿਆ ਦਾ ਸਿਆਸੀਕਰਨ ਹੈ ਨਾ ਜਿਹੜਾ, ਜਾਂ ਜਿਹੜੀਆਂ ਵਿੱਦਿਅਕ ਇੰਸਟੀਟਿਊਸ਼ਨ ਨੇ ਉਹਨਾਂ ਦਾ ਸਿਆਸੀ ਕਰਨਾ, ਇਹਨਾਂ ਨੂੰ ਬੰਦ ਕਰਨਾ ਚਾਹੀਦਾ ਹੈ। ਇਹ ਬਹੁਤ ਹੀ ਮੇਰਾ ਖਿਆਲ ਹੈ ਮੰਦਭਾਗੀ ਗੱਲ ਹੈ ਕਿ ਤੁਸੀਂ ਮਾਲ ਦੂਜੇ ਦਾ ਵੇਚ ਤੁਸੀਂ ਰਹੇ ਹੋ ਆਪਣੇ ਨਾਂ ਹੇਠ, ਪਰ ਵੇਚ ਵੀ ਵਿੱਦਿਆ ਨੂੰ ਰਹੇ। ਜੀ ਤੇ ਸਰ, ਜਿਸ ਤਰੀਕੇ ਨਾਲ ਹੁਣ ਤੁਸੀਂ ਦੱਸਿਆ ਵੀ ਸੁਖਪਾਲ ਸਿੰਘ ਖਹਿਰਾ ਨੇ ਇਨਫਰਾਸਟ੍ਰਕਚਰ ਦੇ ਉੱਪਰ ਸਵਾਲ ਚੱਕੇ ਨੇ ਵੀ ਭਾਈ ਬਣੇ ਬਣਾਏ ਸਕੂਲਾਂ ਨੂੰ ਤੁਸੀਂ ਆਪਣਾ ਕਹੀ ਜਾ ਰਹੇ ਹੋ, ਹੁਣ ਦੂਸਰੇ ਪਾਸੇ ਇਹਨਾਂ ਦੇ ਐਮਐਲਏ ਦੀ ਗੱਲ ਕਰੀਏ, ਉਹਨਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਵੀ ਭਾਈ ਮੈਂ ਤਾਂ ਪਹਿਲੀ ਕਈ ਵਾਰ ਗੇੜਾ ਲਾ ਚੁੱਕਿਆ ਗਾ, ਬੜੇ ਵਧੀਆ ਰਿਜ਼ਲਟ ਆ ਰਹੇ ਨੇ, ਬਹੁਤ ਵਧੀਆ ਇਨਫਰਾਸਟ੍ਰਕਚਰ ਹੈਗਾ। ਅਤੇ ਸਭ ਤੋਂ ਵੱਡੀ ਗੱਲ, ਕੱਲ੍ਹ ਉਦਘਾਟਨ ਤੋਂ ਪਹਿਲਾਂ ਜਿਸ ਤਰੀਕੇ ਨਾਲ ਸਾਬਕਾ ਮੰਤਰੀ ਜੋ ਕਾਂਗਰਸ ਛੱਡ ਕੇ ਹੁਣ ਬੀਜੇਪੀ ਚਲੇ ਗਏ ਨੇ, ਉਹ ਉੱਥੇ ਦੇ ਵਿਧਾਇਕ ਵੀ ਰਹੇ ਨੇਗੇ, ਰਾਜਕੁਮਾਰ ਵੇਰਕਾ, ਉਹ ਕਹਿੰਦੇ ਨਜ਼ਰ ਆਏ ਸੀ ਭਾਈ ਮੈਂ 35 ਕਮਰੇ ਮੈਂ ਬਣਾਏ ਨੇ, ਜਿਹੜੀਆਂ ਲੈਬਸ ਨੇ ਉਹ ਮੈਂ ਲੈ ਕੇ ਆਇਆ ਸੀ, ਜਿਹੜੇ ਇੰਨੇ ਆਲੀਸ਼ਾਨ ਇੱਥੇ ਗਰਾਊਂਡ ਬਣੇ ਨੇ ਉਹ ਵੀ ਅਸੀਂ ਲੈ ਕੇ ਆਏ ਸੀਗੇ, ਇਹ ਗੱਲ ਕਹਿੰਦੇ ਨਜ਼ਰ ਆਏ ਨੇ। ਅਤੇ ਹੁਣ ਜਦੋਂ ਪਹਿਲਾ ਐਮੀਨੈਂਸ ਸਕੂਲ ਡਰੀਮ ਪ੍ਰੋਜੈਕਟ ਸੀਐਮ ਸਾਹਿਬ ਦਾ ਵਿਵਾਦਾਂ ਦੇ ਵਿੱਚ ਆਇਆ ਗਾ, ਇਲਜ਼ਾਮਾਂ ਦੇ ਵਿੱਚ ਘਿਰੀ ਹੈ ਪੰਜਾਬ ਸਰਕਾਰ ਆਪਣੇ ਪਹਿਲੇ ਸਕੂਲ ਲੈ ਕੇ, ਅਤੇ ਪਿੱਛੇ 116 ਸਕੂਲ ਹੋਰ ਨੇ ਜਿਨ੍ਹਾਂ ਦੀ ਅਨਾਊਂਸਮੈਂਟ ਉੱਥੇ ਸੀ ਵੀ 117 ਸੀ, ਇਹ ਪਹਿਲਾਂ 116 ਨੇ, ਅਤੇ ਹਰ 15 ਦਿਨਾਂ ਦੇ ਬਾਅਦ ਇੱਕ ਨਵਾਂ ਸਕੂਲ ਲੋਕਾਂ ਨੂੰ ਅਰਪਣ ਕਰ ਦਿੱਤਾ ਜਾਏਗਾ। ਕਿ ਉਹ ਸਕੂਲ ਵੀ ਇਸ ਤਰ੍ਹਾਂ ਹੀ ਬਣਨਗੇ, ਕਿ ਉਹਨਾਂ ਸਕੂਲਾਂ ਨੂੰ ਵੀ ਰੰਗ ਕਰਕੇ ਐਮਿਨ ਸਕੂਲ ਬਣਾਇਆ ਜਾਏਗਾ, ਫਿਰ ਕਿਵੇਂ ਦੇਖ ਰਹੇ ਹੋ ਇਸ ਸਵਾਲ ਨੂੰ? ਦੇਖੋ ਜੀ, ਗੱਲ ਇਹ ਹੈ ਵੀ ਇਹਦਾ ਮਤਲਬ ਹਰ 15 ਦਿਨਾਂ ਬਾਅਦ ਇੱਕ ਕਿਸੇ ਪੁਰਾਣੇ ਸਕੂਲ ਨੂੰ ਰੰਗ ਕਰਕੇ ਉਹਦੇ 'ਚ ਰੈਲੀ ਹੋ ਜਾਏ, ਕਰੂੰਗੀ ਇਹੀ ਹੋਊਗਾ। ਇਹ ਤਾਂ ਦੇਖਣ ਵਾਲੀ ਗੱਲ ਹੈ ਕਿ ਆਉਣ ਵਾਲੇ ਸਮੇਂ 'ਚ ਇਹ ਫਾਇਦਾ ਪੂਰਾ ਵੀ ਹੁੰਦਾ ਕਿ ਨਹੀਂ ਹੁੰਦਾ, ਬਾਕੀ ਫਾਇਦੇ ਵੀ ਕਰਾਈਏ। ਪਰ ਗੱਲ ਇਹ ਹੈ ਵੀ ਕਰਿਆ ਕੀ ਹੈ? ਕੋਈ ਨਵੇਂ ਟੀਚਰ, ਕੋਈ ਨਵੇਂ ਸਬਜੈਕਟ, ਕੋਈ ਨਵਾਂ ਇੰਫਰਾਸਟ੍ਰਕਚਰ, ਜੀਰੋ ਬਿਲਕੁਲ। ਪਰ ਰੈਲੀ ਕਰਕੇ ਉੱਥੇ ਤੁਸੀਂ ਦਮ ਗਜੇ ਮਾਰ ਕੇ ਵੱਡੇ ਵੱਡੇ ਆਪਣੇ ਕਰਦੇ ਆ, ਤੁਹਾਡੇ ਆਪਣੇ ਐਮਐਲਏ ਸਵਾਲ ਖੜੇ ਕਰ ਰਹੇ ਨੇ, ਚਲੋ ਓਪੋਜੀਸ਼ਨ ਨੇ ਤਾਂ ਕਰਨੀ ਕਰਨੀ। ਸੋ ਉਹ ਮੇਰਾ ਖਿਆਲ ਇਹ ਹੈ ਵੀ ਉਹ ਐਵੇਂ ਗੱਲਾਂ ਦਾ ਕੜਾਅ ਹੈ, ਜਿੰਨਾ ਮਰਜ਼ੀ ਕਰੀ ਜਾਓ, ਜਿੰਨਾ ਮਰਜ਼ੀ ਸੁਣੀ ਜਾਓ, ਚੱਲ ਰਿਹਾ ਆਪਣੇ ਸਾਹਮਣੇ ਜੀ। ਅਤੇ ਬਿਲਕੁਲ ਆਪਾਂ ਕਹਿ ਸਕਦੇ ਪਹਿਲੀ ਜੋ ਆਪਾਂ ਕਹੀਏ ਵੀ ਪਹਿਲਾ ਐਮੀਨੈਂਸ ਸਕੂਲ 'ਤੇ ਹੁਣ ਵਿਵਾਦਾਂ ਦੇ ਵਿੱਚ ਆ ਗਿਆ, ਲੇਕਿਨ
रैली की गल तुसी कीती है, बड़ी वड्डी रैली सी, शक्ति प्रदर्शन आप कह सकते कल जां फिर शंखनाद शब्द वरत सकते हैं, क्योंकि 2024 नूं लैके पब्बा भार सारियां पार्टियां ने, आम आदमी पार्टी उन्हां दे विचों एक। तो दूसरे पासे कल सिक्ख्या नीति दे तहत बड़े वड्डे ऐलान कल अरविंद केजरीवाल जी वालों किए गए ने, 1600 करोड़ रुपए की गल की गई भी सिक्ख्या नीति तहत 1600 करोड़ रुपये आने वाले सालों के खर्चे जाएंगे। ये ऐलान किवें देख रहे हो? तो एक उन्होंने खजाने बारे बड़ी वड्डी वड्डी गल कही है भी पंजाब का खजाना आखिर इन्नी छेती भर कितों गया, इन्हों को इन्ना पैसा आ कितों रहा, भी ये तो गल तो विरोधी भी हैरान ने, किवें देख रहे हो इन्हों दो ऐलानों? एक 1600 करोड़ की गल सिक्ख्या नीति तहत खर्चे जाएंगे तो दूजे खजाने की गल जी उन्होंने कही है, किवें देख रहे हो? देखो जी गल ये है कि मैनू इदा लग रहा है कि साथ साथ रह के ना केजरीवाल से भी मान साहब का काफ़ी असर हो गया है। वो भी कल काफ़ी ड्रामा कर रहे थे स्टेज के उपर वहाँ खड़ियाँ कर करके कि ऐसा नहीं किया उन्होंने, ऐसा नहीं किया वो, विरोधी ये कह रहे हैं कि इनके पास पैसा कहाँ से आ रहा है इतना, ये तो सारे पूछ रहे ने कि जोड़ा 1600 करोड़ कह रहे हो भाई वो कितों, पर जे थोड़े को खजाना इन्ना पिया है ना क्यों मतलब तुम तीन फसलों ने जड़िया पिछले मर चुकी नरमा भी बहुत मतलब झोना भी डुबिया है, अज तक तुम कंपनसेशन नहीं दे रहे, मतलब हड़ते हड़ पीड़ित ने तड़फते फिरते ने, किसान धरने लाई बैठे ने, फिर वो पैसा कितने पे की करना है उस पैसे का? सो बिल्कुल मेरा ख्याल है एवं ड्रामेबाजी कामकाजी कोकी मतलब भाषणबाजी, अरे पार्टियां सारे सियासतदानों को बीमारी हो गई है, ये इलेक्शन मोड च ही रहते हैं, हम जो कल की रैली हुई है बेसिकली इलेक्शन रैली समझ के चलो 2024 के लिए इस तरह के ही सानू मतलब जो थुक नाल बड़े पका के वंडी जाने ने। गल यह है कि साड़ी जी साढ़े लोगों की जां सियासतदानों की कैपैसिटी सानू मूर्ख बनाने की बढ़ती जा रही है, उसका कारण यह है कि साड़ी कैपैसिटी मूर्ख बनने की बढ़ती जा रही है, उन्हों की कपैसिटी उन्नी वधूगी जिनी साड़ी मूर्ख बनने की कपैसिटी है, वो तो वह मतलब सानू मूर्ख बना के कपैसिटी बनाते चले जाएंगे उही काम जी। सर 116 एमिनेस स्कूल की गल है, 1600 करोड़ रुपए की गल भी कर गई गल, वो तो जेकर इस तो पहले आप ऐलान की गल करिए शायद मैडिकल कॉलेजों बारे भी मान सरकार के वलों बड़े ऐलान किए गए थे, एक साल के पहला मैडिकल शुरू होने की गल भी की गई सी, बड़े बड़े फ्लैक्स बोर्ड भी लगा दिए गए थे कि मैडिकल कॉलेज बनेंगे, मैडिकल कॉलेजों का की बनया? क्योंकि जेकर फंडा की गल करिए कल केजरीवाल साहब कह रहे हैं भी पंजाब दे विच खजाना बहुत पिया, तो मान सरकार मान साहब हर एक स्पीच कहते हैं कि साढ़े को खजाना बहुत है, फिर मैडिकल कॉलेजों का काम अजे तक, क्योंकि जो RTI के खुलासे ने भी मैडिकल कॉलेजों वास्ते तो अज तक कोई शुरुआत ही नहीं हुई, कोई खरड़ा ही नहीं बनया, पिछले दिन ही RTI पा के ही पूछा गया सीगा, फिर आखिर ये मैडिकल कॉलेज जो बोर्डों के उपर सी जमीनों के उपर क्यों नहीं हुण तक पहुँचे? बस वो गल्लां बातां ने तुसीं देखिए ये मस्तुआणे कितना धरना लग गया सी, वो जिहड़ा कोई ऐलान कर दिंदे ने जदों ऐलान पूरा नहीं हुंदा, वो कहिंदे जी सानूं SCPC नहीं दे रही जगह, कोई 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 मेडिकल दा चर्चा सुणिया सी उहदा वी उत्थे बोर्ड लग्गिया होया, लोक बहुत चीज़ सोशल मीडिया ते पाउंदे ने, तो कोई कोई की पढ़ना करना की है? उस तरीके नाल एमिनेंट स्कूल बन जाणगे, उस तरीके नाल मोहल्ला क्लिनिकां बणियां ने अपने सामने ही है, वो कहिंदे जी पता नहीं किन्ने लख ने जिहड़े उहनां दा इलाज करता है, जवाब नहीं देंगे कल ही आप डिस्कस कर रहे थे RTI किसी ने पूछा भी भाई खर्चा इन्ना कितने कर रहे हो जो एडवर्टाइजमेंट वाला, वो जवाब नहीं दिता, 10,000 फाइन हो गया इन्होंने इनफॉरमेशन कमिश्नर ने कर, सो ये तो बिल्कुल ना हो रहे पासे नूं गड्डी जा रही है कि मतलब चलो स्लो होवे तो होर गल है, तू आ मारदी होवे होर गल है, ये तो बैक गियर पाई हुई है गड्डी ते रौला पा रहे ने भी अगे नूं जा रहे हैं जी। तो डॉक्टर साहब हुण खजाने बारे जो वड्डी वड्डी गल कही है तो आपां नूं क्योंकि मान साहब भी कह रहे हैं भी असीं सारे पहला करजे लाते ने, बिजली बोर्ड के भी करजे लाते ने, तो हुण कल जिस तरीके नाल क्योंकि केजरीवाल कौमी कन्वीनर ने गे उन्होंने वालों जो खजाने की संतुष्टि दसी गई भी खजाने पैसे बहुत ने, तो हुण उन्हां दी एक अहम गरंटी, हालांकि कल लोगों को शायद उम्मीद सी भी वह गरंटी भी कल पूरी कर सकते ने, वो गल जो लेडीज़ नूं औरतां नूं सी 18 साल तो उपर दियां बच्चियां नूं सी उन्हें वास्ते 1000 रुपया पर मंथ की
ਤੇ ਉਹਦੇ ਵਾਸਤੇ ਵੀ ਸ਼ਾਇਦ ਕੱਲ ਲੋਕਾਂ ਨੂੰ ਉਮੀਦ ਬੜੀ ਸੀ ਲੇਕਿਨ ਉਹ ਐਲਾਨ ਨਹੀਂ ਉੱਥੋਂ ਹੋਇਆ ਗਰੰਟੀ ਪੂਰੀ ਹੋਣ ਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਖਜ਼ਾਨੇ ਦੀ ਹਾਲਾਤ ਨੂੰ ਦੇਖਦੇ ਹੋਏ ਆਪਾਂ ਕਹਿ ਸਕਦੇ ਵੀ ਇਹ ਗਰੰਟੀ ਬੜੀ ਜਲਦੀ ਪੂਰੀ ਹੋਣ ਵਾਲੀ ਹੈ ਨਹੀਂ ਨਹੀਂ ਐਸਾ ਕੁਝ ਨਹੀਂ ਹੋਣਾ ਸਿਰਫ ਇਹ ਹੈ ਵੀ ਉਹਦੀਆਂ ਐਡਵਰਟਾਈਜ਼ਮੈਂਟਾਂ ਨੇ ਜਿਹੜੀਆਂ ਬਾਕੀ ਸਟੇਟਾਂ 'ਚ ਜਦੋਂ ਇਲੈਕਸ਼ਨਾਂ ਹੋਣਗੀਆਂ 24 ਵਾਲੀਆਂ ਉੱਥੇ ਚਲੀਆਂ ਜਾਣਗੀਆਂ ਜਿਸ ਤਰ੍ਹਾਂ ਭ੍ਰਿਸ਼ਟਾਚਾਰ ਦਾ ਹੋ ਰਿਹਾ ਕਿ ਜੀ ਭ੍ਰਿਸ਼ਟਾਚਾਰ ਅਸੀਂ ਬੰਦ ਕਰਤਾ ਹੈ ਸਾਰਾ ਕੁਝ ਕਰਤਾ ਹੈ ਅਸੀਂ ਉਹੀ ਕੰਮ ਹੋਣਾ ਹੋਰ ਕੋਈ ਗੱਲ ਨਹੀਂ ਜੀ ਤੇ ਸਰ ਇੱਕ ਹੋਰ ਕੱਲ੍ਹ ਰੈਲੀ ਦੀ ਆਪਾਂ ਜੇ ਗੱਲ ਕਰੀਏ ਕਿਉਂਕਿ ਆਪਾਂ ਰੈਲੀ ਨਾਲ ਰਿਲੇਟਡ ਹੀ ਗੱਲ ਕਰ ਰਹੇ ਹਾਂਗੇ ਰੈਲੀ ਦੇ ਵਿੱਚ ਅਤੇ ਉਸ ਤੋਂ ਪਹਿਲਾਂ ਇੱਕ ਟੂਰਿਜ਼ਮ ਪਾਲਿਸੀ ਦੀ ਗੱਲ ਵੀ ਸਾਹਮਣੇ ਆਈ ਸੀ ਲੇਕਿਨ ਉਸ ਦੇ ਉੱਪਰ ਵੀ ਕੁਝ ਸਾਹਮਣੇ ਤੱਥ ਆਏ ਨੇ ਜਿਹਦੇ ਵਿੱਚ ਦੱਸਿਆ ਗਿਆ ਕਿ ਇਹ ਜਿਹੜੀ ਪਾਲਿਸੀ ਦੀ ਗੱਲ ਕੀਤੀ ਜਾ ਰਹੀ ਹੈ ਇਹ ਵੀ ਪਹਿਲਾਂ ਲਾਗੂ ਕੀਤੀ ਗਈ ਹੈ ਅੰਮ੍ਰਿਤਸਰ ਦੇ ਵਿੱਚ ਦੇਖੋ ਬੜੀ ਅਜੀਬ ਕਿਸਮ ਦੀ ਉਹ ਗੱਲ ਹੈ ਕਿ ਸੈਰ ਸਪਾਟੇ ਦੀ ਖਬਰ ਨਿਕਲ ਕੇ ਆਈ ਹੈ ਜਿਹੜੀ ਖਬਰ ਦੇ ਵਿੱਚ ਮੇਰਾ ਖਿਆਲ ਉਹ ਜਨਵਰੀ 2008 ਦੀ ਹੈ ਉਦੋਂ ਉਹਨਾਂ ਨੇ ਕਿਹਾ ਸੀ ਕਿ 1 ਲੱਖ ਦੇ ਲਗਭਗ ਯਾਤਰੂ ਇੱਥੇ ਆਉਂਦੇ ਨੇ ਤੇ ਕੱਲ੍ਹ ਇਹਨਾਂ ਨੇ ਵੀ ਇਹੀ ਬੋਲਿਆ ਵੀ 1 ਲੱਖ ਯਾਤਰੂ ਇੱਥੇ ਆਉਂਦੇ 2008 ਤੋਂ ਇਹ ਬੜੀ ਸਮਝ ਨਹੀਂ ਆਉਂਦੀ ਗੱਲ ਕਿ ਕੋਈ ਦੁਬਾਰਾ ਡਾਟਾ ਅਪਡੇਟ ਹੀ ਨਹੀਂ ਕਰਿਆ ਗਿਆ ਕਿ 2008 ਤੋਂ 1 ਲੱਖ ਹੀ ਆ ਰਹੇ ਨੇ ਮਤਲਬ ਦੇਖੋ ਨਾ ਕਿੰਨੇ ਸਾਲ ਹੋ ਗਏ ਨੇ ਇਹਦਾ ਮਤਲਬ ਇਹ ਹੈ ਕਿ ਪੁਰਾਣੇ ਕਾਗਜ਼ਾਂ ਦੇ ਵਿੱਚ ਜੋ ਮਟੀਰੀਅਲ ਪਿਆ ਚੱਕ ਕੇ ਭਾਸ਼ਣ ਝਾੜ ਦਿੰਦੇ ਨੇ ਇਹ ਵੀ ਨਹੀਂ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਕਿ ਭਾਈ ਹੁਣ ਜ਼ਮੀਨੀ ਹਕੀਕਤ ਕੀ ਹੈ ਮਤਲਬ ਉਹੀ ਪੁਰਾਣਾ ਪ੍ਰਸ਼ਾਦ ਜਿਹੜਾ ਬਣਾਇਆ ਹੋਇਆ ਵਰਤਾਈ ਜਾਂਦੇ ਨੇ ਬੱਚੇ ਇਹੀ ਹੈ ਜੀ ਤੇ ਆਪਾਂ ਹੁਣ ਸਰ ਇੱਕ ਕੱਲ੍ਹ ਬੜੀ ਅਹਿਮ ਮੀਟਿੰਗ ਹੋਈ ਸੀ ਕਿਉਂਕਿ 2024 ਨੂੰ ਲੈ ਕੇ ਇੱਕ ਅਲਾਇੰਸ ਬਣਿਆਗਾ ਵਿਰੋਧੀ ਦਲਾਂ ਦਾ ਅਤੇ ਉਹਨਾਂ ਦੀ ਮੀਟਿੰਗ ਸੀ ਮੀਟਿੰਗ ਦੇ ਵਿੱਚ ਇੱਕ ਅਹਿਮ ਫੈਸਲਾ ਲੈਂਦੇ ਹੋਏ ਬਾਈਕਾਟ ਕਰ ਦਿੱਤਾ ਗਿਆ ਮੀਡੀਆ ਦਾ ਆਖਿਰ ਕਿਹੜੇ ਮੀਡੀਆ ਦਾ ਅਤੇ ਕਿਹੜੇ ਐਂਕਰਸ ਦਾ ਬਾਈਕਾਟ ਕੀਤਾ ਗਿਆ ਇਸ ਅਲਾਇੰਸ ਦੇ ਵੱਲੋਂ ਅਤੇ ਕਿੰਨਾ ਕਾਰਨਾ ਕਰਕੇ ਇਹ ਬਾਈਕਾਟ ਕੀਤਾ ਗਿਆ ਦੇਖੋ ਜੀ ਗੱਲ ਇਹ ਹੈ ਕਿ ਉਹਨਾਂ ਨੇ ਅਜੇ ਲਿਸਟ ਤਾਂ ਨਹੀਂ ਦਿੱਤੀ ਹੈਗੀ ਜਾਰੀ ਕਰੀ ਉਹ ਤੇ ਕੰਮ ਕਰ ਰਹੇ ਨੇ ਪਰ ਉਹ ਕਹਿੰਦੇ ਵੀ ਅਸੀਂ ਗੋਤੀ ਮੀਡੀਆ ਦੇ ਜਿਹੜੇ ਮਤਲਬ ਚੈਨਲ ਨੇ ਤੇ ਜਿਹੜੇ ਸਪੈਸ਼ਲ ਕੁਛ ਐਂਕਰ ਨੇ ਸਾਰੀ ਦੁਨੀਆ ਜਾਣਦੀ ਹੋਈ ਹੈ ਜਿਹੜੇ 8-10 ਐਂਕਰ ਨੇ ਪਿਛਲੇ ਸਮੇਂ 'ਚ ਉਹਨਾਂ ਦੀ ਗਿਣਤੀ ਵਧੀ ਵੀ ਬੜੀ ਹੈ ਉਹਨਾਂ ਦੀ ਉਹ ਲਿਸਟ ਬਣਾ ਰਹੇ ਨੇ ਉਹ ਜਾਰੀ ਕਰਨਗੇ ਯਾਰ ਇਹ ਬੜੀ ਆਪਣੇ ਆਪ 'ਚ ਡਿਵੈਲਪਮੈਂਟ ਬੜੀ ਦਿਲਚਸਪ ਹੈ ਕਿਉਂਕਿ ਆਮ ਤੌਰ 'ਤੇ ਕੀ ਹੈ ਕਿ ਨਫ਼ਰਤ ਦੇ ਆਧਾਰ 'ਤੇ ਚੈਨਲ ਚੱਲਣੇ ਸ਼ੁਰੂ ਹੋ ਗਏ ਨੇ ਔਰ ਨਫ਼ਰਤ ਫੈਲਾਉਣ ਦੇ ਨਾਲ ਕੀ ਹੋ ਰਿਹਾ ਕਿ ਉਹਨਾਂ ਦਾ ਰੈਵੀਨਿਊ ਬੜਾ ਵਧਣਾ ਸ਼ੁਰੂ ਹੋ ਗਿਆ ਇਹ ਕਿਸਾਨ ਮੋਰਚੇ ਦੇ ਦੌਰਾਨ ਵੀ ਇਹ ਗੱਲ ਉੱਠੀ ਸੀਗੀ ਜਿੰਨੀ ਦੇਰ ਅਪੋਜੀਸ਼ਨ ਪਾਰਟੀਆਂ ਜਾਂ ਆਮ ਲੋਕ ਜਿਹੜੇ ਚੈਨਲ ਜਿਨ੍ਹਾਂ ਨੂੰ ਉਹਦੇ ਸਪੌਂਸਰ ਕਰਦੇ ਨੇ ਚੈਨਲ ਜਿਵੇਂ ਸੁਦਰਸ਼ਨ ਟੀਵੀ ਹੈ ਜਾਂ ਹੋਰ ਇੱਥੇ ਪੱਕੀ ਨਫ਼ਰਤ ਦੇ ਹੀ ਅੱਡੇ ਬਣੇ ਹੋਏ ਨੇ ਜਿੰਨੀ ਦੇਰ ਉਹਨਾਂ ਦੀਆਂ ਪ੍ਰੋਡਕਟਸ ਦਾ ਬਾਈਕਾਟ ਨਹੀਂ ਕਰਦੇ ਉਨੀ ਦੇਰ ਤੱਕ ਨਹੀਂ ਬਣੇ ਕਿਉਂਕਿ ਕਾਰਪੋਰੇਟ ਮੀਡੀਆ ਇਹ ਕਾਰਪੋਰੇਟ ਹਾਊਸਿਸ ਨੇ ਜਿਹੜੇ ਇਹਨਾਂ ਚੈਨਲਾਂ ਰਾਹੀਂ ਨਫ਼ਰਤ ਫੈਲਾ ਕੇ ਨਾਲ ਨਾਲ ਆਪਣੀਆਂ ਐਡਸ ਦੇ ਕੇ ਲੋਕਾਂ ਦੇ ਜਜ਼ਬੇ ਭੜਕਾ ਕੇ ਉਹ ਚੱਲ ਰਹੇ ਨੇ ਪਰ ਉਹਨਾਂ ਦੇ ਪੈਸਿਆਂ ਨਾਲ ਉਹ ਚੈਨਲ ਚੱਲ ਰਹੇ ਨੇ ਜੇ ਉਹਨਾਂ ਪ੍ਰੋਡਕਟਸ ਦਾ ਬਾਈਕਾਟ ਹੋ ਜਾਵੇ ਤਾਂ ਕਿਹੜੇ ਐਂਕਰ ਕਿਹੜੇ ਚੈਨਲ ਸੋ ਇਹ ਚਾਹੀਦਾ ਹੈ ਅਪੋਜੀਸ਼ਨ ਪਾਰਟੀ ਨੂੰ ਕਿ ਲਿਸਟ ਨਾਲ ਇਹ ਵੀ ਬਣਾਉਣ ਕਿ ਉਹਦੇ ਸਪੌਂਸਰਸ ਨੂੰ ਐਕਸਪੋਜ਼ ਕਰਨ ਕਿ ਹੇਟ ਨੂੰ ਕੌਣ ਸਪੌਂਸਰ ਕਰ ਰਿਹਾ ਇੰਡੀਆ ਦੇ ਵਿੱਚ ਪਰ ਦਸ਼ਾ ਇਹ ਹੈ ਕਿ ਦੁਨੀਆ 'ਚ ਦੋਹੇ ਦੋਹੇ ਹੋ ਰਹੀ ਹੈ ਸਾਡੀ ਸਾਰੇ ਸਾਰੇ ਗੱਲ ਕਰ ਰਹੇ ਨੇ ਔਰ ਇੱਥੇ ਤੱਕ ਇਹ ਹੈ ਕਿ G20 ਦੇ ਦੌਰਾਨ ਪ੍ਰੈਸ ਨੂੰ ਫੇਸ ਨਹੀਂ ਕਰ ਸਕੇ ਜੋ ਬਾਈਡਨ ਨੂੰ ਜਾ ਕੇ ਉੱਥੋਂ ਤਾਈਵਾਨ ਵੀਅਤਨਾਮ ਉੱਥੇ ਜਾ ਕੇ ਉਹਨੂੰ ਬੋਲਣਾ ਪਿਆ ਕਿ ਜੀ ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਜਿਹੜੀ ਪ੍ਰਿਓਰਟੀ ਦੇ ਨਾਲ ਧੱਕਾ ਕਰ ਰਹੇ ਹੋ ਜਾਂ ਜਿਹੜੀ ਫਰੀਡਮ ਆਫ ਸਪੀਚ ਹੈ ਉਹ ਨਹੀਂ ਹੈ ਅਤੇ ਮੈਂ ਗੱਲਾਂ ਕਰੀਆਂ ਉਹਦੇ ਨਾਲ ਸਾਡਾ ਜਿਹੜਾ ਗੋਦੀ ਮੀਡੀਆ ਉਹ ਦੁਨੀਆ ਪੱਤਰ ਬਦਨਾਮ ਹੋ ਚੁੱਕਿਆ ਹੈ ਪਰ ਉਹਨੂੰ ਜਿਹੜੇ ਸਪੌਂਸਰ ਕਰਨ ਵਾਲੇ ਨੇ ਜਿਹੜੇ ਉਹ ਜ਼ਹਿਰ ਫੈਲਾਉਣ ਲਈ ਖਰਚਾ ਕਰ ਰਹੇ ਨੇ ਪੈਸੇ ਦੇ ਰਹੇ ਨੇ ਉਹਨਾਂ ਦਾ ਬਾਈਕਾਟ ਕਰਨਾ ਬੜਾ ਜ਼ਰੂਰੀ ਹੈ ਇਕੱਲੇ ਐਂਕਰਾਂ ਨਾਲ ਜਾਂ ਚੈਨਲਾਂ ਨਾਲ ਕੰਮ ਨਹੀਂ ਚੱਲਦਾ ਸੋ ਅਪੋਜੀਸ਼ਨ ਨੂੰ ਇਹ ਲਿਸਟ ਜਾਰੀ ਕਰਨੀ ਚਾਹੀਦੀ ਕਿ ਆਹ ਸਪੌਂਸਰ ਨੇ ਪਾਈ ਇਹਦੀਆਂ ਚੀਜ਼ਾਂ ਨਾ ਖਰੀਦੋ ਉਹ ਇੱਕ ਦਿਨ 'ਚ ਠੀਕ ਹੋ ਜਾਣਗੇ ਡਾਕਟਰ ਸਾਹਿਬ ਤੁਸੀਂ ਦੇਖ ਰਹੇ ਹੋ ਵੀ ਜਿਹੜੇ ਇੱਕ ਇਹਨਾਂ ਐਂਕਰਾਂ ਦਾ ਜਾਂ ਫਿਰ ਇਹਨਾਂ ਕੁਝ ਚੈਨਲਾਂ ਦਾ ਜਿਹਨਾਂ ਦੀ ਉਹ ਕਹਿੰਦੇ ਲਿਸਟ ਅਸੀਂ ਬਣਾ ਲਈ ਹੈ ਭਾਵੇਂ ਕਿ ਜੇ ਲਿਸਟ ਨਸ਼ਰ ਨਹੀਂ ਕੀਤੀ ਇਸ ਦਾ ਇੰਪੈਕਟ 2024 ਦੀਆਂ ਚੋਣਾਂ ਦੇ ਵਿੱਚ ਕੋਈ ਪਵੇਗਾ ਪੈਣਾ ਬਿਲਕੁਲ ਪਊਗਾ ਦੇਖੋ ਜੀ ਗੱਲ ਇਹ ਹੈ ਕਿ ਜਦੋਂ ਉਹਨਾਂ ਦੀ ਲੈਜੀਟੀਮੇਸੀ ਜਿਹੜੀ ਲੋਕਾਂ ਨੂੰ ਲੱਗਦਾ ਵੀ ਇਹ ਨਿਊਟਰਲ ਨੇ ਸ਼ਾਇਦ ਸੱਚੀ ਗੱਲ ਕਰ ਰਹੇ ਨੇ ਜਦੋਂ ਉਹਦੇ 'ਤੇ ਸਵਾਲ ਖੜਾ ਹੋ ਗਿਆ ਤਾਂ ਲੋਕ ਨਹੀਂ ਸੁਣਨਗੇ ਹੁਣ ਤਾਂ ਬਾਈਕਾਟ ਹੋਊਗਾ ਕਿੰਨੇ ਕਿਸਾਨ ਮੋਰਚੇ ਦੌਰਾਨ ਆਪਾਂ ਦੇਖਿਆ ਕਈ ਜਿਹੜੇ ਗੋਦੀ ਮੀਡੀਆ ਵਾਲੇ ਐਂਕਰ ਸਮਝਾ ਦਿੱਤੇ ਸੀ ਲੋਕਾਂ ਨੇ ਸੋ ਇਹ ਡੈਫੀਨੇਟਲੀ ਇਹਦਾ ਅਸਰ ਹੋਊਗਾ ਬਹੁਤ ਜ਼ਿਆਦਾ ਜੀ ਬਿਲਕੁਲ ਸੋ ਆਪਾਂ ਕਹਿ ਸਕਦੇ ਕਿ ਵੱਡਾ ਫੈਸਲਾ ਅਹਿਮ ਫੈਸਲਾ ਕਿਉਂਕਿ ਰਣਨੀਤੀ ਜਿਹੜੀ ਬੜੀ ਫੂਕ ਫੂਕ ਕੇ 2024 ਦੇ ਵਿੱਚ 2024 ਦੇ ਲਈ ਬਣ ਰਹੀ ਹੈ ਅਤੇ ਕੱਲ੍ਹ ਮੀਟਿੰਗ ਦੇ ਵਿੱਚ ਭਾਵੇਂ ਸ਼ੀਟ ਸ਼ੇਅਰਿੰਗ ਨੂੰ ਲੈ ਕੇ ਤਾਂ ਕੋਈ ਗੱਲਬਾਤ ਨਹੀਂ ਹੋਈ ਕੋਈ ਚਰਚਾ ਨਹੀਂ ਚੱਲੀ ਲੇਕਿਨ ਇੱਕ ਅਹਿਮ ਫੈਸਲਾ ਮੀਡੀਆ ਅਤੇ ਐਂਕਰਸ
ਦੇ ਖਿਲਾਫ ਇੱਕ ਬਾਈਕਾਟ ਦਾ ਐਲਾਨ ਕੀਤਾ ਗਿਆ। ਲਿਸਟ ਦੀ ਗੱਲ ਕਰੀ ਵੀ ਲਿਸਟ ਬਣ ਚੁੱਕੀ ਹੈ, ਲੇਕਿਨ ਅਜੇ ਤੱਕ ਲਿਸਟ ਆਊਟ ਨਹੀਂ ਹੋਈ। ਆਉਣ ਵਾਲੇ ਹੋ ਸਕਦੇ ਦਿਨਾਂ ਦੇ ਵਿੱਚ ਉਹ ਲਿਸਟ ਵੀ ਆਊਟ ਹੋ ਜਾਵੇ ਵੀ ਕਿਹੜੇ ਕਿਹੜੇ ਮੀਡੀਆ ਚੈਨਲਸ ਤੇ ਕਿਹੜੇ ਕਿਹੜੇ ਐਂਕਰਸ ਦਾ ਬਾਈਕਾਟ ਹੋ ਰਿਹਾ ਹੈਗਾ, ਤੇ ਇਹਦਾ ਅਸਰ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਬੜਾ ਵੱਡਾ ਇੰਪੈਕਟ, ਬੜਾ ਵੱਡਾ ਅਸਰ ਇਸ ਬਾਈਕਾਟ ਦਾ ਵੀ ਪੈਣ ਵਾਲਾ ਹੈ। ਸੋ ਡਾਕਟਰ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ ਲਖਵਿੰਦਰ ਜੀ, ਸ਼ੁਕਰੀਆ ਸਰੋਤਿਆਂ ਦਾ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਸੋ ਇਹ ਸਨ ਡਾਕਟਰ ਹਰਵਿੰਦਰ ਸਿੰਘ ਭੱਟੀ ਜੀ, ਜਿਨ੍ਹਾਂ ਵੱਲੋਂ ਅੱਜ ਦੀਆਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ। ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ, ਉਦੋਂ ਤੱਕ ਦਿਓ ਇਜਾਜ਼ਤ, ਧੰਨਵਾਦ।